ਅਤੇ ਮੈਂ ਸਰਦਾਰ ਬਲਕਾਰ ਸਿੰਘ ਜੀ ਲੋਕਲ ਸਿਵਲ ਗੌਰਮੈਂਟ ਦੇ ਵਜ਼ੀਰ ਜਿਹੜੇ ਸਾਡਾ ਹਰ ਪੁੱਛ ਰਹੇ ਆ, ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਇਹ ਜ਼ਿੰਮੇਵਾਰ ਇਹਨਾਂ ਨੂੰ ਉਠਾਇਆ ਜਾਣੇ, ਮੈਂ ਉਹਨਾਂ ਬੰਦਿਆਂ ਚੋਂ ਹਾਂ। ਲੇਕਿਨ ਨਾਲ ਦੀ ਨਾਲ ਮੈਂ ਇੰਨਾ ਜ਼ਰੂਰ ਕਹਿਣਾ ਚਾਹੂੰਗਾ, ਮੈਂ ਮੰਤਰੀ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਕਮਿਸ਼ਨਰ ਬਿਲਕੁਲ ਕੰਮ ਨਹੀਂ ਕਰਦੀ, ਐਰੋਗੈਂਟ ਆ। 14,60,00,000 ਰੁਪਇਆ ਸਾਡੇ ਖਾਤੇ 'ਚ ਹੈ। ਮੈਂ ਡੀ ਸੀ ਸਾਹਿਬ ਨੂੰ ਵੀ ਬੇਨਤੀ ਕੀਤੀ, ਮੈਂ ਡੀ ਸੀ ਸਾਹਿਬ ਅਸੀਂ ਹਾਊਸ ਦੀਆਂ ਮੀਟਿੰਗਸ ਨਹੀਂ ਛੱਡੀਆਂ ਹੁੰਦੀਆਂ, ਔਰ ਜੇ ਮੀਟਿੰਗਸ ਹੁੰਦੀਆਂ, ਮੀਟਿੰਗਸ ਦੇ ਵਿੱਚ ਜੇ ਕੋਈ ਡਿਸਕਸ਼ਨ ਹੁੰਦੀ ਆ, ਮੇਰੇ ਬੜੇ ਏਜੰਡੇ ਸੀ, ਮੈਂ ਸਾਰੇ ਕੋਈ ਨਹੀਂ ਪਾਉਣਾ, ਸਿਰਫ ਦੋ ਕੰਮ ਕਰਨੇ ਆ। ਬਰਸਾਤ ਆਉਣ ਵਾਲੀ ਆ, ਕੋਡ ਲੱਗਣ ਵਾਲਾ, ਇਹੀ ਟਾਈਮ ਆ ਕਿ ਅਸੀਂ ਸੀਵਰੇਜ ਸਾਫ਼ ਕਰ ਸਕੀਏ। ਔਰ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਦੋ ਕਿਸਮ ਦੇ ਸੀਵਰੇਜ ਹੁੰਦੇ, ਇੱਕ ਵੱਡੇ ਉਹ ਸੁਪਰ ਸੈਕਸ਼ਨ ਦੇ ਨਾਲ ਸਾਫ਼ ਹੁੰਦੇ ਆ, ਜਿਹੜੀ ਛੋਟੀ ਸਫਾਈ ਹੁੰਦੀ ਆ ਉਹ ਛੋਟੀਆਂ ਜੈਟਿੰਗ ਮਸ਼ੀਨ ਦੇ ਨਾਲ ਹੁੰਦੀ ਆ। ਅਤੇ ਸਾਡੇ ਕਪੂਰਥਲੇ 'ਚ ਸਾਡੇ ਵੇਲੇ ਵੀ ਨਹੀਂ ਹੋਈ, ਮੈਂ ਵੀ ਝੂਠ ਨਹੀਂ ਬੋਲਣਾ, ਮੈਂ ਕੋਈ ਇਹਨਾਂ ਦੀ ਬੇਇੱਜ਼ਤੀ ਕਰਨ ਦੀ ਜੋੜ ਲਈ ਨਹੀਂ ਇੱਥੇ ਆਇਆ, ਅਤੇ ਮੈਂ ਉਹਨਾਂ ਬੰਦਿਆਂ 'ਚੋਂ ਨਹੀਂ ਕਿ ਮੈਂ ਸਰ ਰੋਟੀਆਂ ਸੇਕਾਂ, ਲੇਕਿਨ ਗੱਲ ਕਰੂੰਗਾ ਸੱਚੀ। ਅਤੇ ਮੈਂ ਇੱਕ ਬੰਦਾ ਫੜਿਆ, ਤੁਸੀਂ ਦੇਖਿਆ ਹੋਣਾ ਕਿਵੇਂ ਸੀਵਰੇਜ ਸਾਫ਼ ਹੋ ਰਿਹਾ ਸੀ, ਜਿਹੜੇ ਲਿੰਕ ਮੁਹੱਲਿਆਂ 'ਚੋਂ ਮੇਨ ਗਟਰ 'ਚ ਆਉਂਦਾ ਉਹਦੀ ਸਫਾਈ ਕਰ ਰਿਹਾ ਸੀ। 9,00,000 ਰੁਪਇਆ ਮਹੀਨਾ ਮੈਂ ਦਿੱਤਾ, ਮੈਂ ਡੀ ਸੀ ਸਾਹਿਬ ਕਮਿਸ਼ਨਰ ਸਾਹਿਬ ਮੇਰੀ ਤਸੱਲੀ ਹੋ ਗਈ, 50,00,000 ਰੁਪਈਏ ਤੋਂ ਥੱਲੇ ਅਸੀਂ ਪਾਸ ਇੱਥੇ ਕਰ ਸਕਦੇ ਹਾਂ ਸੁਪਰ ਸੈਕਸ਼ਨ ਦਾ, ਬਈ 50,00,000 ਤੋਂ ਥੱਲੇ ਕਰਦੇ ਹੋ ਤਾਂ ਇਹ ਕਰ ਦਿਓ, ਆਈ ਐਮ ਸੈਟਿਸਫਾਈਡ। 14,00,00,000 ਜਿਹੜਾ ਪਿਆ ਤੁਸੀਂ ਰੱਖੋ ਆਪਣੇ ਕੋਲ, ਪਤਾ ਨਹੀਂ ਕਾਹਦੇ ਲਈ ਰੱਖਿਆ। ਔਰ ਇਹਨਾਂ ਦੀ ਸ਼ਿਕਾਇਤ ਮੈਂ ਜਨਾਬ ਕੋਲ ਵੀ ਗਿਆ ਸੀ, ਆਇਆ ਸੀ, ਅਤੇ ਇਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਸਫਾਈ ਦੀ ਕੋਈ ਲੋੜ ਨਹੀਂ, ਇਟ ਇਜ਼ ਨੋਟ ਨੈਸੈਸਰੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਫਾਈ ਨਹੀਂ ਹੋਈ, ਕੋਈ ਕਮੀ ਆ, 45 ਕੌਂਸਲਰ ਇੱਕ ਬੰਦੇ ਹੁਣ 50 ਚੋਂ ਕਮਿਸ਼ਨਰ ਸੁਣੇ ਨਾ, ਅਤੇ ਇਹਦੀ ਕਲੈਰਿਟੀ ਤਾਂ ਮੰਤਰੀ ਜੀ ਦੇ ਸਕਦੇ, ਮੈਂ ਨਹੀਂ ਦੇ ਸਕਦੀ। ਜੇ ਤਾਂ ਉੱਪਰੋਂ ਹਦਾਇਤ ਆ ਕਿ ਕੰਮ ਕੋਈ ਨਹੀਂ ਕਰਨਾ, ਫਿਰ ਤਾਂ ਸ਼ੀ ਇਜ਼ ਰਾਈਟ। ਅਗਰ ਉੱਪਰੋਂ ਹਦਾਇਤ ਨਹੀਂ, ਇਨਕੁਆਇਰੀ ਹੋ ਕੇ ਕਿ ਕਿੰਨੀਆਂ ਮੀਟਿੰਗਸ ਸਾਲ 'ਚ ਹੋਣੀਆਂ ਚਾਹੀਦੀਆਂ, ਉਹ ਜੇ ਮੀਟਿੰਗ ਨਹੀਂ ਹੋਈਆਂ, ਕਿਉਂ ਨਹੀਂ ਹੋਈਆਂ, ਮੈਂ ਰਿਕੁਐਸਟ ਕਰਦਾ ਰਿਹਾ, ਫਿਰ ਵੀ ਨਹੀਂ ਹੋਈਆਂ, ਲੇਕਿਨ ਕੰਮ ਨਹੀਂ ਕੋਈ। ਇਹਨਾਂ ਨੂੰ ਚਾਰਜ 2-2, 3-3 ਜਗ੍ਹਾ ਦਾ ਦਿੱਤਾ, ਔਰ ਮੈਂ ਸਮਝਦਾ ਇੱਕ ਜਗ੍ਹਾ ਵੀ ਸ਼ਾਇਦ ਢੰਗ ਨਾਲ ਕੰਮ ਨਾ ਕਰ ਸਕਿਆ। ਮੈਂ ਕਹਿ ਰਿਹਾ ਜੋ ਕਹੇਗਾ ਜਵਾਬ ਦਊਂਗਾ। ਦੇਖੋ ਬੱਚੇ ਮਰ ਜਾਣੇ, ਇਹ ਰਿਸਪੋਂਸੀਬਿਲਟੀ ਤਾਂ ਫਿਕਸ ਹੋਣੀ ਚਾਹੀਦੀ ਹੈ, ਇਨਕੁਆਇਰੀ ਹੋਣੀ ਚਾਹੀਦੀ ਮੰਤਰੀ ਜੀ। ਜੇ ਅਫਸਰ ਦੇਖੋ ਇਹਨਾਂ ਦੀਆਂ ਸਹੀ ਮੈਨੇਜ ਏ ਸੀ ਆਰ ਆ, ਇਹ ਕਾਰਪੋਰੇਸ਼ਨ ਅਤੇ ਕਮੇਟੀਆਂ ਜਿੱਥੇ ਈ ਓ ਨੇ, ਪੰਚਾਇਤੀ ਰਾਜ ਆ, ਸਾਡੇ ਵੇਲੇ ਵੀ ਨਹੀਂ ਹੋਈ, ਲੇਕਿਨ ਮੈਂ ਜੋ ਲੋੜ ਸਮਝਦਾ ਕਿ ਉਹਨਾਂ ਦੀ ਏ ਸੀ ਆਰ ਮੇਅਰ ਅਤੇ ਪ੍ਰਧਾਨ ਨਹੀਂ ਰਹੇ, ਚਲੋ ਇਹ ਗੱਲ ਵੱਖਰੀ ਆ। ਲੇਕਿਨ ਜੋ ਬੱਚਿਆਂ ਦਾ ਨੁਕਸਾਨ ਹੋਇਆ, ਬੰਦਿਆਂ ਦਾ ਨੁਕਸਾਨ ਹੋਇਆ ਕੋਲਰਾ, ਇਹ ਕਮਿਸ਼ਨਰ ਸਾਹਿਬ ਮੈਨੂੰ ਇਹਨਾਂ ਦੱਸ ਦੇਣ ਕਿ ਅੱਜ ਇੰਨੇ ਦਿਨ ਵਾਰਦਾਤ ਹੋਈ ਨਹੀਂ, ਹੋ ਗਏ ਟਿਊਬਲ ਬੰਦ ਕਰਾਤਾ, ਮੰਨ ਲਿਆ ਯਾਰ ਐਮਰਜੈਂਸੀ ਕਰਾਤਾ, ਉਹਦੇ ਬਾਅਦ ਪੀਰੀਓਡਿਕਲੀ 100 ਮੀਟਰ 'ਤੇ 50-50 ਮੀਟਰ 'ਤੇ ਕੀ ਸੈਂਪਲ ਟੈਸਟ ਹੋਏ, ਨਹੀਂ ਹੋਏ ਤਾਂ ਕਿਉਂ ਨਹੀਂ ਹੋਏ, ਵਾਇਰ ਵੀ ਵੇਸਟਿੰਗ ਤਾਂ ਹੀ ਵੀ, ਜਿੱਥੇ ਤਾਂ ਉਹ ਸਹੀ ਆ ਉੱਥੇ ਤਾਂ ਆਪਾਂ ਪਾਣੀ ਦੀ ਸਪਲਾਈ ਚਾਲੂ ਰੱਖੀਏ, ਅੱਗੇ ਲੱਭੀਏ ਕਿ ਨੁਕਸ ਕਿੱਥੇ ਆ, ਇਹ ਦੱਸ ਦੇ, ਪ੍ਰੈਸ ਨੂੰ ਦੱਸ ਦੇ। ਮੇਰਾ ਮਤਲਬ ਹੈ ਸ਼ੇਅਰ ਐਰੋਗੈਂਸ ਐਂਡ ਨੈਗਲੀਜੈਂਸੀ ਆਫ ਦੀ ਅਫਸਰ
ਜਿਹਦੇ ਕਰਕੇ ਅੱਜ ਬੰਦੇ ਮਰੇ ਆ, ਰਿਸਪੋਂਸੀਬਿਲਟੀ ਫਿਕਸ ਹੋ ਜਾਵੇ। ਸਭ ਤੋਂ ਪਹਿਲਾਂ ਤਾਂ ਮੈਂ ਇੱਥੋਂ ਦੱਸਣਾ ਚਾਹੁੰਦਾ ਕਿ ਜੋ ਡਾਇਰੀਆ ਦੇ ਕੇਸਿਸ ਡਿਟੈਕਟ ਹੋਏ ਆ, ਚਾਹੇ ਪ੍ਰੋਬਲਮ ਆਈ ਹੈਗੀ, ਉਹਦੇ 'ਚ ਕੁਛ ਏਰੀਏਸ ਹੈਗੇ ਜਿੱਦਾਂ ਬੱਕਰਖਾਨਾ, ਸੁੰਦਰ ਨਗਰ ਅਤੇ ਦਾਦੀ ਤੋਂ ਵੱਖ ਵੱਖ ਜਗ੍ਹਾ ਤੋਂ ਪੇਸ਼ੈਂਟਸ ਆਏ ਕਿ ਤੋਂ ਇੱਕ ਕਿਤੇ ਦੋ ਚਾਰ ਕਿਤੇ ਪੰਜ, ਟੋਟਲ ਸਾਡੇ ਤੋਂ 64 ਪੇਸ਼ੈਂਟਸ ਹੈਗੇ ਆ, ਪੇਸ਼ੈਂਟ ਜਿਹੜੇ ਹੈਗੇ ਆ, ਔਰ ਇਹਦੇ ਵਿੱਚ ਜਿਹੜੇ 45 ਐਡਮਿਟ ਆ ਅਤੇ ਜਿਹੜੇ 19 ਪੇਸ਼ੈਂਟ ਆ ਉਹ ਜਾ ਚੁੱਕੇ ਆ। ਸੋ ਇਸਦਾ ਅੱਛਾ ਇਲਾਜ ਕਰ ਰਹੇ ਹੈਗੇ ਹੋਸਪਿਟਲ ਦੇ ਵਿੱਚ ਸਾਰੇ ਅਸੀਂ ਬੰਦੋਬਸਤ ਜਿਹੜੇ ਉਹ ਕੀਤੇ ਹੈਗੇ ਆ। ਹੈਲਥ ਡਿਪਾਰਟਮੈਂਟ ਨੂੰ ਅੱਗ ਤੋਂ ਉੱਤੇ ਅਸੀਂ ਬੰਦੋਬਸਤ ਕੀਤਾ, ਆਪਣੀਆਂ ਅਸੀਂ 6 ਟੀਮਸ ਬਣੀਆਂ ਹੈਗੀਆਂ। ਉਸ ਦੇ ਵਿੱਚ ਜਿਹੜਾ ਅਸੀਂ 6 ਟੀਮਸ ਦੇ ਵਿੱਚ ਘੱਟ ਤੋਂ ਘੱਟ ਵੀ 5-5 ਮੈਂਬਰ ਰੱਖੇ ਆ, ਜਿਹੜੇ ਡੇਲੀ ਡੋਰ ਟੂ ਡੋਰ ਜਾ ਕੇ ਉਹਨਾਂ ਦਾ ਰਾਤ ਦਾ ਅਸੀਂ ਟਾਈਮ ਪੋਸਟ ਕੀਤਾ ਹੈਗਾ ਕਿ ਉਸ ਟਾਈਮ 'ਤੇ ਜਾ ਕੇ ਜਿਹੜਾ ਵਾਟਰ ਪਾਣੀ ਦੇ ਵਿੱਚ ਕੋਈ ਮਿਕਸਿੰਗ ਆਈ ਹੈਗੀ ਹੈ ਉਹ ਚੈੱਕ ਕਰਨਗੇ। ਚੈੱਕ ਕਰਕੇ ਫਿਰ ਅਸੀਂ ਉੱਥੇ ਟੈਂਕਰ ਵਗੈਰਾ 10 ਲਗਾ ਦਿੱਤੇ ਹੈਗੇ ਆ, ਅੱਜ 10 ਹੋਰ ਮੰਗਾ ਲਏ, 20 ਟੈਂਕਰ ਜਿਹੜੇ ਅੱਜ ਹੀ ਉੱਥੇ ਕੰਮ ਕਰਨਗੇ। ਤੋ ਇਸ ਦੇ ਨਾਲ ਨਾਲ ਅਸੀਂ ਜਿਹੜੀ ਮੈਨ ਪਾਵਰ ਹੈ, ਇੱਕ ਹੈੱਡਕੁਆਟਰ ਤੋਂ ਸਾਡੇ ਉਮਾ ਸ਼ੰਕਰ ਜੀ ਡਾਇਰੈਕਟਰ ਆ ਲੋਕਲ ਬੋਡੀ ਡਿਪਾਰਟਮੈਂਟ ਦੇ, ਉਹ ਆਏ ਇੱਥੇ ਇਸ ਕੰਮ ਨੂੰ ਸੁਪਰਵਿਜ਼ਨ ਵਾਸਤੇ, ਔਰ ਉਸ ਨੇ ਚੀਫ ਇੰਜੀਨੀਅਰ ਅਤੇ ਨੀਧਰ ਅਸੀਂ ਇੱਥੇ ਲਗਾਏ ਹੋਏ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆ ਕੇ ਇਮੀਡੀਏਟਲੀ ਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੇ। ਤੋ ਇਸੇ ਤਰ੍ਹਾਂ ਹੀ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਵੀ ਐਂਬੂਲੈਂਸ ਵਗੈਰਾ ਔਰ ਜਿਹੜੀਆਂ ਮੈਡੀਸਨਸ ਆ ਪ੍ਰੋਪਰ ਜਿਹੜੀਆਂ ਉਹਨਾਂ ਦੀ ਜਿਹੜੀ ਅਸੀਂ ਕੁਛ ਜਿੱਥੇ ਕਮੀ ਪੇਸ਼ੀ ਵੀ ਸੀ ਅਸੀਂ ਮੰਗਵਾ ਵੀ ਲਈਆਂ ਹੈਗੀਆਂ। ਹੈਲਥ ਮਿਨਿਸਟਰ ਸਾਹਿਬ ਨੇ ਆਉਣਾ ਸੀ ਪਰ ਉਹ ਕੁਝ ਹੋਰ ਰਜ਼ੇਵੇਂ ਕਰਕੇ ਨਹੀਂ ਆ ਸਕੇ, ਇਸ ਕਰਕੇ ਮੈਂ ਇੱਥੇ ਉਹਦੇ ਵਿੱਚ ਹਾਜ਼ਰ ਹੋਇਆ। ਸੋ ਇਸ ਕਰਕੇ ਬਾਕੀ ਜਿਹੜੇ ਪੇਸ਼ੈਂਟ ਆ ਉਹ ਸਾਰੇ ਨੋਰਮਲ ਹੈਗੇ, ਠੀਕ ਹੈਗੇ ਆ। ਇੱਕ ਬਜ਼ੁਰਗ ਆ ਵੂਮੈਨ ਹੈ, ਉਹਦੀ ਉਮਰ ਕਰੀਬ 70 ਸਾਲ ਤੋਂ ਉੱਪਰ, ਉਹਨਾਂ ਦਾ ਥੋੜ੍ਹਾ ਜਿਹਾ ਜ਼ਿਆਦਾ ਹੈ, ਅਦਰਵਾਈਜ਼ ਜਿਹੜੇ ਮੈਂ ਆਪ ਕਦੇ ਕਦੇ ਪੇਸ਼ੈਂਟ ਨੂੰ ਮਿਲ ਕੇ ਆ, ਠੀਕ ਹੈਗਾ। ਔਰ ਜਿਹੜਾ ਇਹਨੂੰ ਅਸੀਂ ਜਲਦੀ ਠੀਕ ਕਰਾਂਗੇ, ਸਾਡੀਆਂ ਸਾਰੀਆਂ ਟੀਮਾਂ, ਸਾਡੇ ਡੈਪਟੀ ਕਮਿਸ਼ਨਰ ਸਾਹਿਬ ਔਰ ਕਮਿਸ਼ਨ ਕਾਰਪੋਰੇਸ਼ਨ, ਸਾਡੇ ਉਮਾ ਸ਼ੰਕਰ ਜੀ ਡਾਇਰੈਕਟਰ ਸਾਹਿਬ, ਸਾਰੀਆਂ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਔਰ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਹੈਂਡਲ ਕਰ ਰਹੇ। ਸਰ, ਗੈਰ ਜ਼ਿੰਮੇਵਾਰੀ ਕਿਹੜੇ ਕਿਹੜੇ ਡਿਪਾਰਟਮੈਂਟਾਂ ਦੀ ਗੈਰ ਜ਼ਿੰਮੇਵਾਰੀ ਮੰਨਦੇ ਆ ਕਿ ਜਿਹੜੇ ਕਿ ਬਿਮਾਰੀ ਦੇ ਫੈਲਣ ਦੇ ਵਿੱਚ? ਦੇਖੋ, ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਵਾਲੀ ਗੱਲ ਜਿਹੜੀ, ਅਤੇ ਆਪਾਂ ਇੱਦਾਂ ਹੈ ਕਿ ਦੇਖੋ, ਇਸ ਸਮਾਂ ਹੁੰਦਾ ਇਹ ਬਾਦਸ਼ਾਹ ਦੇ ਜ਼ਿਲ੍ਹੇ, ਬਾਦਸ਼ਾਹ ਦੇ ਅੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਸੀਨਰੀ ਬਹੁਤ ਪੁਰਾਣੇ ਪਏ ਫੈਕਟਸ ਜੋ ਹੈ ਜੀ, ਤੋ ਬਹੁਤ ਸਾਰੇ ਪਿੱਛੇ ਸਮੇਂ ਦੇ ਵਿੱਚ ਜਿਹੜਾ ਸੀ, ਚਾਹੇ ਕੋਈ ਵੀ ਕਿਸੇ ਦੇ ਕਮੈਂਟਸ ਨਹੀਂ ਕਿਉਂਕਿ ਸਮਾਂ ਜਾਂ ਕਿਤੇ ਇੰਦੂ ਵਰਤੂ ਕਰਨ ਦਾ ਨਹੀਂ ਹੁੰਦਾ, ਕਿਉਂਕਿ ਸਾਡੇ ਸਾਥੀ ਹੈ, ਚਾਹੇ ਕਿਸੇ ਨੂੰ ਪ੍ਰੋਬਲਮ ਆ ਆਪਾਂ ਨੂੰ ਵੀ ਆ ਸਕਦੀ ਹੈ, ਪਰ ਇੱਕ ਮਸਲੇ ਨੂੰ ਹੱਲ ਕਰਨ ਦਾ ਕੰਮ ਹੈ। ਪੂਰਾ ਜਵਾਬ ਦੇਣਾ ਮੈਂ ਉਸ ਟਾਈਮ ਦੇ ਉੱਤੇ, ਸੋ ਇਸ ਕਰਕੇ ਉਹਦਾ ਸੀਵਰੇਜ ਹੈ ਕਈ ਜਗ੍ਹਾ 'ਤੇ ਗਲਤ ਤਰੀਕੇ ਨਾਲ ਪਿਆ, ਚਾਹੇ ਉਹਦੇ 'ਚ ਕੋਈ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ, ਪੁਰਾਣੇ ਪਏ ਹੋਏ ਹੁਣ ਕਿਸੇ ਦੇ ਚਰਨ ਇੱਕ ਵਾਰੀ ਪਾ ਦਿੱਤਾ ਉਹ 'ਚ ਪ੍ਰੋਬਲਮ ਤਾਂ ਆ ਜਾਂਦੀ ਹੈ, ਤੋ ਪ੍ਰੋਬਲਮ ਆ ਗਈ ਹੈਗੀ ਉਹਨੂੰ ਅਸੀਂ ਠੀਕ ਕਰ ਰਹੇ ਹੈਗੇ, ਕੋਈ ਅਸੀਂ ਵੀ ਅਗਰ ਜੇ ਹੋਵੇ ਕਿ ਕਿਸੇ ਨੂੰ ਫਿਕਸ ਕੀਤੀ ਜਾਵੇ। ਮਨ ਸਰ, ਇਹ ਤੁਸੀਂ ਕਹਿ ਰਹੇ ਅਸੀਂ ਮੰਨਦੇ ਹਾਂ ਕਿ ਪ੍ਰਾਇਮਰੀ ਤੌਰ 'ਤੇ ਪਾਣੀ ਦਾ ਇਨਫੈਕਸ਼ਨ ਆ ਗਿਆ, ਪਰ ਤੁਸੀਂ ਮੰਨਦੇ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਕੂੜਾ ਹੈ ਇੰਨਾ ਵੱਡੀ ਤਾਦਾਦ 'ਚ ਇਹਨਾਂ ਏਰੀਆ 'ਚ ਪਿਆ ਸੀਗਾ, 7 ਦਿਨ ਦੀ ਸਟ੍ਰਾਈਕ ਸੀਗੀ, ਗੰਦਗੀ ਫੈਲੀ ਕਿਤੇ ਨਾ ਕਿਤੇ, ਵਾਟਰ ਦੇ ਵਿੱਚ ਉਹ ਕੂੜੇ ਦੇ ਨਾਲ ਮਿਕਸਿੰਗ ਹੋਈ, ਅਤੇ ਇਸ ਤਰ੍ਹਾਂ ਹੋ ਗਿਆ ਜੇ ਕੂੜੇ ਦੀ ਸਮੱਸਿਆ ਦਾ ਹੱਲ ਕਪੂਰਥਲਾ ਉਹ ਪਿਛਲੇ ਲੰਬੇ ਸਮਾਂ ਤੋਂ ਨਹੀਂ ਹੈ, ਨਾ ਡੰਪਿੰਗ ਦਾ ਹੈ ਔਰ ਨਾ ਹੀ ਉਹਨਾਂ ਦੀ ਭਰਤੀ ਦਾ ਹੈ, ਹਰ 2 ਮਹੀਨੇ ਦੇ ਡੈਕਟ ਦੇ ਬਾਅਦ ਹੜਤਾਲ ਹੁੰਦੀ ਹੈ, 7 ਦਿਨ ਕੂੜਾ ਪਿਆ ਰਹਿੰਦਾ ਹੈ। ਅੱਜ ਇਹ ਘਟਨਾ ਸਾਹਮਣੇ ਆ ਗਈ ਹੈ, ਲੇਕਿਨ ਹੜਤਾਲ ਦਾ ਸਿਲਸਿਲਾ ਬਹੁਤ ਵੱਡਾ ਹੈ, ਕਿੱਥੇ ਜੜਨੀ ਹੈ ਇਸ ਸਮੱਸਿਆ ਦੀ? ਦੇਖੋ, ਇਸ ਚੀਜ਼ਾਂ ਨੂੰ ਅਸੀਂ ਪਹਿਲਾਂ ਵੀ ਦੇਖਦੇ ਰਹਿੰਦੇ ਹਾਂ ਔਰ ਇਸ ਤੋਂ ਬਾਅਦ ਵੀ ਦੇਖਾਂਗੇ, ਕਿਉਂਕਿ ਪ੍ਰੋਬਲਮਸ ਤਾਂ ਆਉਂਦੀਆਂ ਰਹਿੰਦੀਆਂ, ਲੇਕਿਨ ਆਪਣਾ ਮਸਲਾ ਬਣਦਾ, ਮੈਂ ਆਪਣਾ ਮਤਲਬ ਤੈਨੂੰ ਚਾਹੁੰਦਾ ਜੀ। ਜਿਹੜੀ ਕੂੜੇ ਵਾਲੀ ਗੱਲ ਹੈ ਉਹ ਮੈਂ ਕਮਿਸ਼ਨ ਕਾਰਪੋਰੇਸ਼ਨ ਨੂੰ ਪਹਿਲਾਂ ਵੀ ਕਿਹਾ ਸੀ, ਹੁਣ ਵੀ ਕਹਿਣਾ ਹੈਗਾ ਕਿ ਇਹਦੀ ਡੈਂਪਿੰਗ ਵਾਸਤੇ ਅਲੱਗ ਕੋਈ ਸ਼ਹਿਰ ਤੋਂ ਦੂਰ ਦੁਰਾਡੇ ਦੀ ਜਗ੍ਹਾ ਵੇਖ ਕੇ ਆਪਾਂ ਨੂੰ ਪਰਚੇਜ ਕਰਨਾ ਪਵੇ, ਉਹ ਲਵਾਂਗੇ, ਲੈ ਕੇ ਇਹਨੂੰ ਵਧੀਆ ਬਣਾਵਾਂਗੇ, ਕਿਉਂਕਿ ਦੇਖੋ ਸਾਡਾ ਤਾਂ ਜਿਹੜਾ ਅਸੀਂ ਕੋਸ਼ਿਸ਼ ਕਰਦੇ ਹਾਂ, ਮੈਂ ਇੱਕ ਛੋਟੀ ਜਿਹੀ ਕਮੇਟੀ ਤੁਹਾਨੂੰ ਐਗਜ਼ਾਮਪਲ ਦਿਆਂਗਾ, ਕਰਤਾਰਪੁਰ ਹੈ, ਅਲੱਗ ਮੇਰੇ ਹਲਕੇ ਦੀ ਥੋੜ੍ਹੇ ਲਾਗੇ ਹੈ,
ਉੱਥੇ ਵੀ ਜਗ੍ਹਾ ਨਹੀਂ ਸੀ ਹੈਗੀ। ਜਦੋਂ ਅਸੀਂ ਕਿਵੇਂ ਕੂੜਾ ਬਾਹਰ ਸੁੱਟਦੇ ਸੀ ਤਾਂ ਲੋਕ ਰੌਲਾ ਪਾਉਂਦੇ ਜਾਂ ਕਿਸਾਨ ਰੌਲਾ ਪਾਉਂਦੇ ਸੀ, ਪਰ ਅਸੀਂ ਦੋ ਇੱਕ ਜਗ੍ਹਾ ਲਈ, ਪਰ ਲੇਕਿਨ ਅਸੀਂ ਲਾਗੇ ਉਸ ਜਗ੍ਹਾ ਦੇ ਲਈ ਜਿਹਦੇ ਲਾਗੇ ਕੋਈ ਘਰ ਨਹੀਂ ਸੀ ਜਾਂ ਕੋਈ ਇੱਦਾਂ ਦੀ ਚੀਜ਼ ਨਹੀਂ ਸੀ, ਲੋਕਾਂ ਨੇ ਐਕਸੈਪਟੇਬਿਲਟੀ ਬਣੀ ਤਾਂ ਜਾ ਕੇ ਉੱਥੇ ਜਗ੍ਹਾ ਪ੍ਰੋਬਲਮਸ ਵੀ ਆਉਂਦੀਆਂ ਰਹਿੰਦੀਆਂ, ਪਰ ਉਹਨੂੰ ਅਸੀਂ ਸਾਡੀ ਡਿਊਟੀ ਬਣਦੀ ਸੀ ਕਰਾਂਗੇ। ਹੁਣ ਪ੍ਰਸ਼ਾਸਨ ਸਰਕਾਰ ਵੱਲੋਂ ਜਲਦੀ ਇਸ ਸਮੱਸਿਆ ਦਾ ਹੱਲ ਹੋਊਗਾ? ਡੈਫੀਨੇਟਲੀ, ਔਰ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੋ ਇਹਨਾਂ ਕੰਮਾਂ 'ਤੇ ਬੜੇ ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਲੈਂਦੇ ਆ, ਔਰ ਪਹਿਲਾਂ ਹੀ ਐਡਵਾਂਸ ਸਾਡੀਆਂ ਮੀਟਿੰਗਸ ਸਾਡੀਆਂ ਐਜ ਏ ਲੋਕਲ ਬੋਡੀ ਮਿਨਿਸਟਰ, ਐਜ ਏ ਹੈਲਥ ਮਿਨਿਸਟਰ, ਸਾਡੀ ਮੀਟਿੰਗ 'ਚ ਵੀ ਇਹਨਾਂ ਬਾਰੇ ਮੈਨੂੰ ਹੋਈ। ਮੈਂ ਪੂਰੇ ਪੰਜਾਬ ਦੇ ਜਾਂ ਵੀਸੀ ਕੀਤੀ ਹੈ, ਸਾਰੇ ਆਫਿਸ ਨੂੰ ਇਹਨਾਂ 'ਤੇ ਚਕੰਨਾ ਵੀ ਕੀਤਾ, ਇਸ 'ਤੇ ਸਾਰਾ ਕੀਤਾ ਹੈਗਾ, ਪਰ ਲੇਕਿਨ ਨੈਚੁਰਲ ਪ੍ਰੋਬਲਮਸ ਕਿਵੇਂ ਆਉਂਦੀਆਂ ਇਹਨਾਂ ਨੂੰ ਠੀਕ ਕਰਨਾ। ਸਰ ਇਹਦੇ 'ਚ ਇੱਕ ਸਮੱਸਿਆ ਹੋਰ ਨਿਕਲ ਕੇ ਆਈ ਹੈ ਕਿ ਜਿਹੜੇ ਸਟਾਫ ਹੈ ਜਿਹੜੇ ਸਫਾਈ ਸੇਵਕ ਨੇ ਬੇਸ਼ੱਕ ਜ਼ਰੂਰ ਘੱਟ ਨੇ ਔਰ ਸਫਾਈ ਪ੍ਰੋਪਰ ਹੋ ਨਹੀਂ ਪਾਈ, ਬੇਸ਼ੱਕ ਸਟ੍ਰਾਈਕ ਸੀ, ਕੀ ਇਹ ਜਿੰਨੀ ਦੇਰ ਤੱਕ ਪੱਕੀ ਭਰਤੀ ਨਹੀਂ ਹੁੰਦੀ ਕੋਈ ਵੈਕਲਪਿਕ ਵਿਵਸਥਾ ਜਾਂ ਅਲਟਰਨੇਟਿਵ ਇੰਤਜ਼ਾਮ ਕੀਤੇ ਜਾਣਗੇ ਇਹਦਾ ਹੀ ਸਮੱਸਿਆ ਦੁਆਰਾ? ਮੈਂ ਇੱਕ ਬਿਚਰ ਸਾਹਿਬ ਨੂੰ ਕਿਹਾ ਅਦਰਵਾਈਜ਼ ਸਾਨੂੰ ਅੱਜ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੈ ਇਸ ਚੀਜ਼ ਵਾਸਤੇ, ਦੇਖੋ ਜਦੋਂ ਇੱਦਾਂ ਦੀਆਂ ਪ੍ਰੋਬਲਮਸ ਆਉਂਦੀਆਂ ਉਸ ਟਾਈਮ 'ਤੇ ਸਾਨੂੰ ਮੈਨ ਪਾਵਰ ਦੀ ਲੋੜ। ਜੀ ਅਸੀਂ ਮੈਨ ਪਾਵਰ ਨੂੰ ਵਧਾਵਾਂਗੇ, ਚਾਹੇ ਕੋਈ ਜੇਈ ਲੈਵਲ 'ਤੇ ਹੋਵੇ, ਚਾਹੇ ਫੋਰਥ ਕਲਾਸ ਲੈਵਲ 'ਤੇ ਹੋਵੇ, ਸਫਾਈ ਸੇਵਕ ਹੋਵੇ, ਤਾਂ ਉਹਨਾਂ ਨੂੰ ਡੈਫੀਨੇਟ ਵਧਾਵਾਂਗੇ ਆਪਣੀ ਇਹਨਾਂ ਪ੍ਰੋਬਲਮਾਂ ਨੂੰ ਜਨਤਾ ਦੇ ਵਾਸਤੇ ਹੀ ਆਪਾਂ ਸਾਰੇ ਬੈਠੇ ਮੋਦੀ ਸਾਹਿਬ ਇਹ ਜਿਹੜਾ ਸਟਾਰਟ ਹੋਇਆ ਸੀਗਾ ਇਹ ਚਾਰ ਮਹੀਨਿਆਂ ਤੋਂ ਹੋਇਆ, ਚਾਰ ਏਰੀਏ ਦੇ ਵਿੱਚੋਂ ਹੁਣ ਸਾਰੇ ਸ਼ਹਿਰ ਦੇ ਵਿੱਚੋਂ ਕੀ ਸਾਲ ਲੱਗਦਾ? ਦੇਖੋ ਹੁਣ ਇਹ ਅੰਡਰ ਕੰਟਰੋਲ ਆ, ਜੇ ਮੈਂ ਸਿਵਲ ਸਰਵਿਸ ਸਾਹਿਬ ਨਾਲ ਦਿਨੇ ਵੀ ਗੱਲ ਕੀਤੀ ਸੀ, ਜਦੋਂ ਮੈਂ ਇੱਥੇ ਆਇਆ ਮੈਂ ਪੂਰਾ ਇਹਨਾਂ ਨਾਲ ਗੱਲਬਾਤ ਕੀਤੀ, ਦੱਸਿਆ ਇਹਨਾਂ ਨੇ ਮੈਨੂੰ ਆਹ ਡੀ ਸੀ ਸਾਹਿਬ ਨਾਲ ਗੱਲ ਕੀਤੀ, ਕੁਲੀਗ ਸਾਹਿਬ ਨਾਲ ਗੱਲ ਕੀਤੀ, ਔਰ ਇਹਨਾਂ ਦੱਸਿਆ ਵੀ ਅੱਜ ਜਿਹੜਾ ਉਹ ਅੰਡਰ ਕੰਟਰੋਲ ਹੈਗਾ ਔਰ ਬਹੁਤ ਜਲਦੀ। ਇਸੇ ਕਰਕੇ ਅਸੀਂ ਚੰਡੀਗੜ੍ਹ ਤੋਂ ਹੈੱਡਕੁਆਰਟਰ ਤੋਂ ਆਪਣੇ ਸੀਨੀਅਰ ਅਫਸਰ ਬੁਲਾਇਆ, ਡੈਪਟੀ ਕਮਿਸ਼ਨਰ ਸਾਹਿਬ ਆਪ ਇੰਟਰਸਟ ਲੈ ਰਹੇ ਹੈਗੇ, ਸਾਰੇ ਆਫਿਸਰ ਬੈਠੇ ਆ ਔਰ ਅੱਗੇ ਨਾਲੋਂ ਇੱਕ ਘਟਿਆ ਹੈਗਾ, ਔਰ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਆ ਕਿ ਠੀਕ ਰਹੇ ਔਰ ਸਾਡਾ ਕੰਮ ਐਫਰਟ ਚਲੇਗਾ। ਆਮ ਜਨਤਾ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੂੰਗਾ ਕਿ ਇਸ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਅਵੇਅਰਨੈਸ ਰਹਿਣ? ਦੇਖੋ ਆਮ ਜਨਤਾ ਨੂੰ ਅਵੇਅਰਨੈਸ ਵਾਸਤੇ ਅਸੀਂ ਟੀਮਸ ਲਾਈਆਂ ਹੈਗੀਆਂ, ਪਾਣੀ ਨੂੰ ਪ੍ਰੋਪਰ ਬਾਇਲਡ ਪਾਣੀ ਪੀਓ, ਮੈਡੀਸਨਸ ਵਾਸਤੇ ਹੈਲਥ ਟੀਮਾਂ ਲਈਆਂ, ਡੋਰ ਟੂ ਡੋਰ ਜਾ ਕੇ ਮੈਡੀਸਨ ਦੇਣਗੀਆਂ ਔਰ ਪਾਣੀ ਵਾਸਤੇ ਸਪੈਸ਼ਲੀ ਅਸੀਂ ਟੈਂਕਰ ਲਾਏ ਔਰ ਡੋਰ ਟੂ ਡੋਰ 6 ਟੀਮਾਂ ਇਸੇ ਕਰਕੇ ਲਾਈਆਂ।